ਚੱਲਣੀ ਰੰਗ ਬਿਰੰਗੀਆਂ ਨਾ ਮਾਲੀ 3000 ਰੁਪਏ 18-12 ਕਰ ਦਿਓ ਜੀ। ਅਖਾੜਾ ਕੋਟ ਪਰਵਾ ਲੈ ਬਾਬਾ ਪਹਿਲਵਾਨ। ਭਾਈ ਹੁਣ ਜਿਹੜੀਆਂ ਤਿੰਨ ਕੁਸ਼ਤੀਆਂ ਸਾਡੇ ਕੋਲ ਤਿੰਨੋਂ ਇਕੱਠੀਆਂ ਲਵਾ ਦੇਣੀਆਂ ਨਾ। ਪਹਿਲੀ ਟੋਲੀ ਭਾਈ ਜੇ ਬਾਕੀ ਅੱਜ ਲੋਕਾਂ ਨੂੰ ਪੂਰੀ ਸਾਡੇ ਸਮਾਜ ਖੜੋਟੀ ਵਾਲੇ 100 ਰੁਪਏ ਮਾਨ ਕਰ ਰਹੇ ਨੇ ਮਾਰ ਦਿਓ। ਸਮਾਜ ਨੇ ਕਿਹਾ ਕਿ ਅੱਜ ਬਾਕੀ ਸਾਨੂੰ ਵੀ ਦੰਗਲ ਦਾ ਨਜ਼ਾਰਾ ਆਇਆ, 100 ਰੁਪਏ ਸਾਨੂੰ ਮਾਨ ਕਰ ਰਹੇ ਨੇ, ਸਮਾਜ ਵਾਲਾ ਖੜੋਟੀ ਵਾਲੇ ਸਾਨੂੰ ਮਾਨ ਕਰ ਰਹੇ ਨੇ। ਤੁਹਾਡੀ ਕਮਾਈ ਦੇ ਵਿੱਚ ਤੁਹਾਡੀ ਤਰੱਕੀ ਦੇ ਵੀ ਦੋਨੋਂ ਦੋਨ ਵਾਦਾ ਕਰਦੇ ਆ। ਭਾਈ ਦੇਖੋ ਸਮਾਜ ਕਹਿੰਦਾ ਕਿ ਬਹੁਤ ਅੱਛਾ ਦੰਗਲ ਦਾ ਨਜ਼ਾਰਾ ਆਇਆ। ਭਾਈ ਕੱਲ ਵੀ ਬਹੁਤ ਵੱਡਾ ਦੰਗਲ ਸੀ, ਸਿਰਫ ਸਾਰੀ ਦੰਗਲ ਕਬੱਡੀ ਵਿੱਚ ਆ ਗਏ, 4 ਰੈਫਰੀ ਲਾ ਦਿੱਤੇ, 4 ਲੇਸਰ ਲਾ ਦਿੱਤੇ, 10 ਇਸ ਤਰ੍ਹਾਂ ਆ ਗਏ ਵਿੱਚ। ਮੁਬਾਰਕਬਾਦ ਦਿਨਾ ਮਾਲਾ ਦੀ ਦੰਗਲ ਕਮੇਟੀ ਜਿੱਥੇ ਬੈਠੀ, ਇਹਨਾਂ ਨੇ ਇੱਕ ਮੈਨੂੰ ਸੌਂਪਿਆ ਸੀ ਵੱਡੀਆਂ ਕੁਸ਼ਤੀਆਂ ਵਾਲੀਆਂ ਸਰ ਤੁਸੀਂ। ਭਾਈ ਬਾਕੀ ਅੱਜ ਜਿਹੜਾ ਕਿ ਧੂੰਆਂ ਨਿਕਲ ਗਿਆ ਕੁਸ਼ਤੀਆਂ ਦਾ, ਰੈਫਰੀ ਟੋਲੀ ਟੋਲੀ ਭਾਈ ਰਿਹਰ ਦੰਗਲ ਦੇ ਵਿੱਚ ਆ ਕੇ ਬਹੁਤ ਅੱਛੇ ਫੈਸਲੇ ਦਿੰਦੇ ਨੇ। ਅੱਜ ਬਾਕੀ ਵੀ ਮੇਰਾ ਮਨ ਕਰਦਾ ਕਿ ਫੌਜੀਆਂ ਭਾਈਆਂ ਨੇ ਜਿਹੜੇ ਕਿ ਬਹੁਤ ਵੱਡੇ ਅੱਜ ਦੇ ਦੰਗਲ ਦੇ ਵਿੱਚ ਫੈਸਲੇ ਦਿੱਤੇ ਨੇ। ਅੰਦਰ ਸਾਡੇ ਰਬਾਸ ਭਾਈ ਜੀ, ਰਣਜੀਤ ਜੀ, ਅਲਟਰਾ ਲਾਈਵ ਟੀਵੀ, ਭਾਈ ਵੱਡੀ ਮਾਲੀ ਵਾਲਾ ਪਹਿਲਵਾਨ ਪੁੱਜਣ ਖਾੜੇ ਵਿੱਚ, ਯੁਵਰਾਜ ਮਰਜਾਲੀ ਤੇ ਸੋਨੂੰ ਜਲੰਧਰ, ਉਹ ਸਰਜੀਤ ਰਿਆਸੀ ਤੇ ਜਾਗਰ ਪੰਜਾਬ, ਸੰਜੇ ਜੇਕੇਪੀ ਦੇ ਕੁਲਵੀਰ ਕੋਟ ਪਲਵਾਲ। ਕਹਿੰਦੇ ਜਿੱਤਣ ਜਿੱਤਣ ਹਰ ਕੋਈ ਕਹਿੰਦਾ।
ਦਾ ਨਾਮ ਕਬੱਡੀ ਪੈਂਦਾ, ਹਰਨ ਦਾ ਨਾਂ ਹੀਰਾ। ਸਾਡੇ ਰਮੇਸ਼ ਵੀਰ ਜੀ ਕੋਠੀਆਂ ਵਾਲੇ ਪੁੱਜੇ ਨੇ। ਇਸੇ ਤਰ੍ਹਾਂ ਦਾ ਦੰਗਲ ਹੁੰਦਾ ਕੋਠੀਆਂ ਦੇ ਵਿੱਚ, ਸਾਰੀ ਜ਼ਿੰਮੇਵਾਰੀ ਸੌਂਪੀ ਹੁੰਦੀ ਹੈ। ਇਹਨਾਂ ਦਾ ਕੋਈ ਬੱਚਾ ਵੀ ਦੰਗਲ ਵਿੱਚ ਨਹੀਂ ਆਉਂਦਾ। ਬਾਕੀ ਭਾਈ ਜੁਗ ਜਿਉਂਦੇ ਗੱਲਾਂ ਹੀ ਆ। ਨਾਲ ਆਪਣਾ ਲੰਗਰ ਦੰਗਲ ਕਮੇਟੀ ਦਾ ਸਾਡੇ ਤੇ ਗੁੱਸਾ ਹੈ ਭਾਈ, ਜਿੱਥੇ ਵੀ ਹੈ ਮੈਂ ਮਾਫੀ ਚਾਹਣਾ, ਅਗਲੇ ਵਾਰ ਤੁਹਾਡੇ ਦੰਗਲ ਵੀ ਅਸੀਂ ਕਿਸੇ ਵੀ ਸਾਬਕ ਨਹੀਂ ਪੁੱਜਾਂਗੇ। ਸੰਜੇ ਸੰਜੇ ਆ ਵਿੱਚ, ਆ ਕਲਵੀਰ ਕਲਵੀਰ ਆ ਵਿੱਚ।